ਦੇਦੀ ਵੱਖ ਵੱਖ ਸੁਰੱਖਿਆ ਏਜੰਸੀਆਂ ਵੱਲੋਂ ਪੰਜਾਬ ਨੂੰ ਜਿਹੜਾ ਹੈ ਕਿ ਆਤੰਕਵਾਦੀਆਂ ਨੂੰ ਜਿਹੜੀ ਹੈ ਦਹਿਸ਼ਤ ਫੈਲਾਉਣ ਦੀ ਗੱਲ ਕੀਤੀ ਜਾ ਰਹੀ ਹੈ, ਉਸ ਨੂੰ ਹਾਈ ਅਲਰਟ 'ਤੇ ਪੰਜਾਬ ਨੂੰ ਰੱਖਣ ਦੀ ਗੱਲ ਕੀਤੀ ਗਈ ਹੈ, ਜਿਸ ਨੂੰ ਲੈ ਕੇ ਪੰਜਾਬ ਪੁਲਿਸ ਲਗਾਤਾਰ ਜਿਹੜੀ ਹੈ ਚੌਕਸ ਦਿਖ ਰਹੀ ਹੈ। ਔਰ ਪੰਜਾਬ ਪੁਲਿਸ ਵੱਲੋਂ ਜਿਹੜੇ ਹੈ ਰੇਲਵੇ ਸਟੇਸ਼ਨ ਬੱਸ ਸਟੈਂਡਾਂ 'ਤੇ ਵੀ ਚੈਕਿੰਗ ਕੀਤੀ ਜਾ ਰਹੀ ਹੈ। ਅਗਰ ਜੇ ਗੱਲ ਕੀਤੀ ਹੈ ਸੱਦੀ ਪਿੰਡਾਂ ਦੇ ਵਿੱਚ ਜਿਹੜੇ ਹੈ ਪੰਜਾਬ ਪੁਲਿਸ ਜਿਹੜੀ ਹੈ ਕਿੰਨੀ ਕੁ ਜਿਹੜੀ ਅਲਰਟ ਹੈ, ਉਸ ਦੀਆਂ ਤੁਹਾਨੂੰ ਤਸਵੀਰਾਂ ਵੀ ਦਿਖਾਵਾਂਗੇ, ਕਿਉਂਕਿ ਸੱਦੀ ਪਿੰਡ ਜਿਹੜਾ ਹੈ ਕਿ ਕਰੀਬ ਜੇ ਗੱਲ ਕੀਤੀ ਹੈ ਪਾਲਪਾਕ ਸਰਾਬ ਤੋਂ ਕਰੀਬ 3 ਕਿਲੋਮੀਟਰ ਦੂਰੀ 'ਤੇ ਹੈ। ਤਾਂ ਅੱਜ ਅਸੀਂ ਤੁਹਾਨੂੰ ਫਿਰੋਜ਼ਪੁਰ ਦਾ ਸੱਦੀ ਪਿੰਡ ਬਾਰੇਕੇ ਦੇ ਵਿੱਚ ਜਿੱਥੇ ਪੰਜਾਬ ਪੁਲਿਸ ਦੀ ਇੱਕ ਜਿਹੜੀ ਹੈ ਪੋਸਟ ਬਣਾਈ ਗਈ ਹੋਈ ਹੈ ਉਹ ਤਸਵੀਰਾਂ ਦਿਖਾਵਾਂਗੇ। ਔਰ ਤੁਹਾਨੂੰ ਤਸਵੀਰਾਂ ਦਿਖਾਉਣ ਤੋਂ ਪਹਿਲਾਂ ਤੁਹਾਨੂੰ ਮੀਲ ਪਿੱਲਰ ਦਿਖਾਉਣ ਲੱਗੇ ਹਾਂ, ਜਿਹੜਾ ਲਾਹੌਰ ਕਰੀਬ ਹੈ ਜਿਹੜਾ 45 ਕਿਲੋਮੀਟਰ ਔਰ ਕਸੂਰ ਜਿਹੜਾ 11 ਕਿਲੋਮੀਟਰ। ਇੱਥੋਂ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਜਿਸ ਵਕਤ ਅਸੀਂ ਜਿਸ ਥਾਂ 'ਤੇ ਖੜ੍ਹੇ ਹਾਂ ਇੱਥੋਂ ਜਿਹੜਾ ਪਾਕਿਸਤਾਨ ਜਿਹੜਾ ਹੈ ਕਿ ਲਾਹੌਰ ਕਿੰਨੀ ਕੁ ਦੂਰੀ 'ਤੇ ਹੈ, ਕਸੂਰ ਕਿੰਨੀ ਕੁ ਦੂਰੀ 'ਤੇ ਹੈ। ਔਰ ਸਰਹੱਦ ਦੀ ਗੱਲ ਕੀਤੀ ਜਾਵੇ ਤਾਂ ਸਰਹੱਦ ਮਹਿਜ਼ ਜਿਹੜੀ ਹੈ ਕਿ 3 ਕਿਲੋਮੀਟਰ ਦੂਰੀ 'ਤੇ ਹੈ। ਔਰ ਪੰਜਾਬ ਜਿਹੜਾ ਹੈ ਕਿ ਹਾਈ ਅਲਰਟ 'ਤੇ ਰੱਖਿਆ ਗਿਆ ਹੈ, ਕਿਉਂਕਿ ਪੰਜਾਬ ਦੇ ਵਿੱਚ ਜਿਹੜਾ ਹੈ ਕਿ ਖੁਫੀਆ ਏਜੰਸੀਆਂ ਵੱਲੋਂ ਜਿਹੜਾ ਦੱਸਿਆ ਜਾ ਰਿਹਾ ਕਿ ਪੰਜਾਬ ਨੂੰ ਜਿਹੜਾ ਹਾਈ ਅਲਰਟ 'ਤੇ ਰੱਖਿਆ ਗਿਆ ਹੈ, ਕੋਈ ਵੀ ਜਿਹੜੀ ਅਨਸੁਖਾਵੀ ਘਟਨਾ ਨਾ ਹੋ ਸਕੇ। ਆਤੰਕਵਾਦੀਆਂ ਵੱਲੋਂ ਜਿਹੜਾ ਹਮਲਾ ਦੀ ਜਿਹੜੀ ਹੈ ਸਾਜ਼ਿਸ਼ ਰਚੀ ਜਾ ਰਹੀ ਹੈ, ਕਿਉਂਕਿ ਇਸ ਤੋਂ ਪਹਿਲਾਂ ਵੀ ਜੇ ਗੱਲ ਕੀਤੀ ਜਾਵੇ ਤਾਂ ਹਥਿਆਰਾਂ ਦਾ ਜ਼ਖੀਰਾ ਜਿਹੜਾ ਬਰਾਮਦ ਹੋਇਆ, ਤੁਸੀਂ ਇਹ ਦੇਖ ਸਕਦੇ ਜਿਹੜੀ ਹੈ ਕਿ ਪੰਜਾਬ ਪੁਲਿਸ ਦੀ ਜਿਹੜੀ ਪੋਸਟ ਹੈ ਇਹ ਬਣਾਈ ਹੋਈ ਹੈ, ਔਰ ਇੱਥੇ ਮੁਲਾਜ਼ਮ ਜਿਹੜੇ ਹੈ ਤੈਨਾਤ ਹੋਣ ਦੀ ਜਿਹੜੀ ਗੱਲ ਕੀਤੀ ਗਈ ਹੈ। ਪਰ ਤੁਹਾਨੂੰ ਤਸਵੀਰਾਂ 'ਚ ਮੈਂ ਦਿਖਾਉਣ ਦੀ ਪੂਰੀ ਕੋਸ਼ਿਸ਼ ਕਰੂੰਗਾ ਕਿ ਇੱਥੇ ਜਿਹੜੇ ਹੈ ਕਿ ਮੁਲਾਜ਼ਮ ਜਿਹੜੇ ਹੈ ਇੱਥੇ ਨਜ਼ਰ ਨਹੀਂ ਆ ਰਹੇ ਹੈ। ਤਾਂ ਤੁਸੀਂ ਇਹ ਵੇਖ ਸਕਦੇ ਹੋ ਤਸਵੀਰਾਂ 'ਚ, ਤੁਹਾਨੂੰ ਪੂਰੀ ਦਿਖਾਉਣ ਦੀ ਕੋਸ਼ਿਸ਼ ਕਰੂੰਗਾ ਅੰਦਰੋਂ ਵੀ। ਤਾਂ ਅੰਦਰ ਦੀਆਂ ਤਸਵੀਰਾਂ ਤੁਸੀਂ ਦੇਖੋ, ਇਸ ਵਕਤ ਜਿਹੜਾ ਕਿ ਟੈਂਟ ਪੂਰੀ ਤਰ੍ਹਾਂ ਬੰਦ ਕੀਤਾ ਗਿਆ, ਹਨੇਰਾ ਹੈ, ਅੰਦਰ ਦੋ ਮੰਜੇ ਔਰ ਦੋ ਕੁਰਸੀਆਂ ਪਈਆਂ, ਲੇਕਿਨ ਮੁਲਾਜ਼ਮ ਕੋਈ ਵੀ ਜਿਹੜਾ ਇੱਥੇ ਤੈਨਾਤ ਨਹੀਂ ਹੈ। ਇਹ ਤਸਵੀਰਾਂ ਫਿਰੋਜ਼ਪੁਰ ਦੇ ਸੱਦੀ ਪਿੰਡ ਬਾਰੇਕੇ ਦੇ ਵਿੱਚ ਜਿਹੜਾ ਹੈ ਕਿ ਨਾਕਾ ਜਿਹੜਾ ਹੈ ਲਗਾਇਆ ਗਿਆ, ਔਰ ਆਹ ਜਿਹੜੀ ਤੁਸੀਂ ਰੋਡ ਦੇਖੋਗੇ ਜਿਹੜਾ ਮੇਰੇ ਤੋਂ ਸਾਹਮਣੇ ਵਾਲਾ ਰੋਡ ਹੈ, ਇਹ ਜਿਹੜਾ ਬਿਲਕੁਲ ਹੀ ਜਿਹੜਾ ਹੈ ਸੱਦੀ ਪਿੰਡ ਜਿਹੜਾ ਹੈ ਕਿ ਜੀਰੋ ਲਾਈਨ 'ਤੇ ਜਿਹੜਾ ਜਾਂਦਾ ਹੈ ਜਿੱਥੇ ਰਿਟੀਟ ਸੈਰਾਮਨੀ ਹੁੰਦੀ ਹੈ, ਇਹ ਰੋਡ ਹੈ। ਔਰ ਇਹ ਰੋਡ ਜਿਹੜਾ ਹੈ ਮਮਦੋੜ ਨੂੰ ਜਾਂਦਾ ਹੈ, ਜਿੱਥੇ ਜਗਦੀਸ਼ ਚੌਂਕੀ ਔਰ ਡਿਟੀਮਲ ਦੇ ਵਿੱਚ ਜਿਹੜਾ ਹੈ ਕਿ ਪੰਜਾਬ ਪੁਲਿਸ ਵੱਲੋਂ ਔਰ BSF ਵੱਲੋਂ ਜਿਹੜੀ ਹੈ ਕਿ ਹਥਿਆਰਾਂ ਦੀ ਖੇਪ ਜਿਹੜੀ ਬਰਾਮਦ ਕੀਤੀ ਗਈ ਸੀਗੀ। ਤਾਂ ਇਹ ਉਹ ਰੋਡ ਹੈ ਜਿਸ ਨੂੰ ਲੈ ਕੇ ਅੱਜ ਪੂਰੇ ਪੰਜਾਬ ਨੂੰ ਜਿਹੜਾ ਹੈ ਕਿ ਹਾਈ ਅਲਰਟ 'ਚ ਰੱਖਿਆ ਗਿਆ ਕਿ ਪੰਜਾਬ ਦੇ ਵਿੱਚ ਕੋਈ ਆਤੰਕੀ ਹਮਲਾ ਨਾ ਹੋ ਸਕੇ, ਔਰ ਪੰਜਾਬ ਪੁਲਿਸ ਕਿੰਨੀ ਕੁ ਜਿਹੜੀ ਹੈ ਚੌਕਸ ਹੈ ਔਰ ਕਿੰਨੀ ਕੁ ਤੁਸੀਂ ਦੇਖ ਸਕਦੇ ਹੋ ਮੁਸਤੈਦ ਨਜ਼ਰ ਆ ਰਹੀ ਹੈ। ਔਰ ਇਸ ਅੰਦਾਜ਼ਾ ਲਗਾਇਆ ਜਾ ਸਕਦਾ ਹੈ, ਇੱਕ ਵਾਰੀ ਮੈਂ ਹੋਰ ਤਸਵੀਰਾਂ ਦਿਖਾਉਣ ਦੀ ਪੂਰੀ ਕੋਸ਼ਿਸ਼ ਕਰੂੰਗਾ ਕਿ ਪੰਜਾਬ ਪੁਲਿਸ ਹੈ ਕਿੰਨਾ ਕੁ ਜਿਹੜਾ ਅਲਰਟ 'ਤੇ ਹੈ। ਇਹ ਤੁਸੀਂ ਦੇਖ ਸਕਦੇ ਹੋ ਇਹ ਜਿਹੜੀ ਹੈ ਇਹਨਾਂ ਨੇ ਪੋਸਟ ਬਣਾਈ ਹੋਈ ਹੈ, ਇਹ ਬਿਲਕੁਲ ਜਿਹੜੀ ਹੈ ਕਿ ਖਾਲੀ ਪਈ ਹੈ, ਕੋਈ ਮੁਲਾਜ਼ਮ ਜਿਹੜਾ ਇਸ ਵਕਤ ਨਜ਼ਰ ਨਹੀਂ ਆ ਰਿਹਾ। ਇੱਥੇ ਨਾਲ ਹੀ ਟੈਂਟ ਦੇ ਨਾਲ ਇੱਕ ਰੇਹੜੀ ਲੱਗੀ ਹੋਈ, ਗੱਲਬਾਤ ਕਰਦੇ ਹਾਂ। ਇਸ ਵਕਤ ਇੱਥੇ ਮੁਲਾਜ਼ਮ ਬੈਠੇ ਅੰਦਰ? ਨਹੀਂ ਜੀ, ਨਹੀਂ ਬੈਠੇ। ਤਾਂ ਇਹ ਟੈਂਟ ਬੰਦ ਪਿਆ ਹੋਇਆ? ਹਾਂ ਹਾਂ। ਅਤੇ ਮੁਲਾਜ਼ਮ ਕਿਸ ਵਕਤ ਆਉਂਦੇ ਨੇ ਇੱਥੇ? ਸ਼ਾਮ ਕੁ ਵੇਲੇ। ਕੋਈ ਉਹ ਅੱਧਾ ਘੰਟਾ ਪੌਣਾ ਘੰਟੇ ਵਾਸਤੇ ਬਸ? ਨਹੀਂ, ਉਹ ਤਾਂ ਇਹ ਨਾ ਪੱਕਾ ਪਤਾ ਨਹੀਂ, ਤਾਂ ਬਿਰਾਤ ਰਹਿੰਦੇ ਨੇ ਕਿ ਅੱਧਾ ਕੁ ਪੌਣਾ ਘੰਟਾ, ਕਿਉਂਕਿ ਮੈਂ ਤਾਂ 4 ਕੁ ਵਜੇ ਚਲਾ ਜਾਂਦਾ। ਹਾਂਜੀ, ਹੁਣ ਇਸ ਵਕਤ ਮੌਜੂਦ ਹੈ ਕੋਈ? ਹੁਣ ਤਾਂ ਨਹੀਂ ਗਿਆ। ਤਾਂ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਜੇ ਗੱਲ ਕੀਤੀ ਜਾਵੇ ਤਾਂ ਮੁਲਾਜ਼ਮ ਜਿਹੜੇ ਆ ਇੱਥੇ ਨਜ਼ਰ ਨਹੀਂ ਆ ਰਹੇ ਹੈ। ਔਰ ਫਿਰ ਤਸਵੀਰਾਂ ਮੈਂ ਇੱਕ ਵਾਰ ਦਿਖਾਉਣ ਦੀ ਪੂਰੀ ਕੋਸ਼ਿਸ਼ ਕਰੂੰਗਾ। ਇਹ ਸੱਦੀ ਪਿੰਡ ਬਾਰੇਕੇ ਆ, ਔਰ ਪੰਜਾਬ ਨੂੰ ਜਿੱਥੇ ਹਾਈ ਅਲਰਟ 'ਚ ਰੱਖਣ ਦੀ ਗੱਲ ਕੀਤੀ ਜਾ ਰਹੀ ਹੈ, ਸੈਕਿੰਡ ਡਿਫੈਂਸ ਦੇ ਉੱਤੇ ਜਿਹੜੇ ਹੈ ਕਿ ਨਾਕੇ ਵੀ ਜਿਹੜੇ ਆ ਪੰਜਾਬ ਪੁਲਿਸ ਵੱਲੋਂ ਲਗਾਏ ਗਏ ਆ ਕਿ ਜਿਹੜੀਆਂ ਕੋਈ ਅਨਸੁਖਾਵੀ ਪੰਜਾਬ ਦੇ ਵਿੱਚ ਘਟਨਾ ਨਾ ਹੋ ਸਕੇ। ਪੰਜਾਬ ਦੇ ਜਿਹੜੇ ਗੱਲ ਕੀਤੀ ਸਰਕਾਰੀ ਇਮਾਰਤ ਦੀ ਗੱਲ ਕੀਤੀ ਜਾਵੇ, ਮੰਦਰ ਗੁਰਦੁਆਰਿਆਂ ਦੀ ਗੱਲ ਕੀਤੀ, ਰੇਲਵੇ ਸਟੇਸ਼ਨ ਦੀ ਗੱਲ ਕੀਤੀ ਜਾਵੇ, ਇਹਨਾਂ ਨੂੰ ਉਡਾਉਣ ਦੀ ਜਿਹੜੀ ਆਤੰਕੀਆਂ ਵੱਲੋਂ ਜਿਹੜੀ ਸਾਜ਼ਿਸ਼ ਰਚੀ ਜਾ ਰਹੀ ਉਹ ਸਾਜ਼ਿਸ਼ ਨੂੰ ਨਾਕਾਮ ਕਰਨ ਲਈ ਜਿੱਥੇ ਪੰਜਾਬ ਪੁਲਿਸ ਔਰ BSF ਹਾਈ ਅਲਰਟ ਨੇ, ਪਰ ਉਹ ਹਾਈ ਅਲਰਟ ਜਿਹੜਾ ਹੈ ਕਿਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਇਹ ਚੌਂਕੀਆਂ ਜਿਹੜੀਆਂ ਲਗਾਤਾਰ ਜੇ ਬਣਾਈਆਂ ਗਈਆਂ ਨੇ ਉਹ ਖਾਲੀ ਨਜ਼ਰ ਆ ਰਹੀਆਂ। ਗੱਲਬਾਤ ਕਰਦੇ ਹਾਂ ਇਹਦੇ ਸੀਨੀਅਰ ਅਫਸਰਾਂ ਦੇ ਨਾਲ ਕਿ ਜਿਹੜੇ ਨਾਕੇ ਲਗਾਏ ਗਏ ਨੇ ਕਿੰਨੇ ਕੁ ਕਗਾਰ ਸਾਬਤ ਹੋ ਰਹੇ ਨੇ ਜਾਂ ਕਿਸੇ ਤਰ੍ਹਾਂ ਉਹ ਇੱਥੇ ਕੋਈ ਵੀ ਇਹੋ ਜਿਹਾ ਇੰਸੀਡੈਂਟ ਜਾਂ ਹਾਦਸਾ ਕਰ ਸਕਣ ਜਿੱਥੇ ਇੰਟਰਨੈਸ਼ਨਲੀ ਨਿਊਜ਼ ਬਣ ਜਾਵੇ। ਉਸ ਨੂੰ ਮੱਦੇਨਜ਼ਰ ਰੱਖਦੇ ਹੋਏ ਪੰਜਾਬ ਸਰਕਾਰ ਦੀ ਅਤੇ DGP ਸਾਹਿਬ ਸਾਡੇ ਸ਼੍ਰੀ ਗੌਰਵ ਯਾਦਵ ਜੀ IPS ਦੇ ਡਾਇਰੈਕਸ਼ਨਸ ਬੜੇ ਕਲੀਅਰ ਹੈ। ਸਾਨੂੰ ਜਿੰਨੇ ਵੀ ਬਾਰਡਰ ਡਿਸਟ੍ਰਿਕਟਸ ਆ ਸਾਡੀ ਟਾਈਮ ਟੂ ਟਾਈਮ ਮੀਟਿੰਗਸ ਵੀ ਹੁੰਦੀਆਂ ਰਹਿੰਦੀਆਂ ਰੇਂਜ DIG IGs ਨਾਲ ਅਤੇ DGP ਸਾਹਿਬ ਨਾਲ, VCs ਵੀ ਹੁੰਦੀਆਂ ਰਹਿੰਦੀਆਂ, ਅਤੇ ਪੰਜਾਬ ਪੁਲਿਸ ਪੂਰੀ ਐਕਟਿਵ ਅਤੇ ਅਲਰਟ ਹੈ ਇਸ ਚੀਜ਼ ਨੂੰ ਮੱਦੇਨਜ਼ਰ ਰੱਖਦੇ ਹੋਏ।
सैकेंड लाइन ऑफ डिफेंस च फिरोजपुर जिले में असी 11 नाके लगाए हुए जी, विचे साड़ी फोर्स की घाट होंगी क्योंकि कुछ गुजरात इलेक्शन भी गई है तो कुछ स्पेशल ट्रेनिंग ले गई हुई है कमांडो कॉम्पलैक्स बहादुरगढ़, इस करके कुछ असी नाके घटाए हैं। पहले साढ़े 12 या 13 चलते थे, हूँ साढ़े 11 चल रहे हैं। तो उत्थे असी वक् वक् उन्होंने चीज़ा प्रोवाइड की हुए, टेंट बैड, कैंपिंग, बुलेट प्रूफ वेस्ट, बुलेट प्रूफ शील्ड, ये सारिया चीज़ा उन्होंने प्रोवाइड की हुई हैं। जी कई बार जी आया हो जाता है दिन के दौरान, थोड़ा जा साढ़े कोई स्पेशल ऑपरेशन चल रहे होंगे जिवें कोऑर्डिनेंस सर्च ऑपरेशन है, जेडे वक् वक् ड्रग हॉटस्पॉट्स हो जाए या कोई जिथे इलिसिट लिकर जोड़े पिंड बनती हो, सदर एरिया दे विच पेंदे है कोई नाके बॉर्डर के नेड़े तेड़े, तो उधर के लोगों का अपन पता भी वो जी नजायज़ शराब कढ़न के तरीके, तो उत्थे वो स्पेशल रेड्स या कुछ कर रहे होंगे, तो जोड़े भी कंसर्नड SHO साहबान है वो ये फोर्स नू यूज़ कर लेंदे होंगे, तो कुछ टाइम लिए दिन के दौरान यह हट भी जाती है, बट रात में कोई साड़ा मेन कंसर्न होंगे नेरे सवेरे या और टाइमिंग्स में भी असं इतने स्पेशल चैकिंग करनी, क्योंकि पूरा पूरा दिन तो जो 3 मुलाजम लगे 4 लगे वो चैक भी नहीं कर सकते, बट मजोरिटी ऑफ द टाइम्स साड़ी फोर्स उत्थे हाजिर होंदी है, तो इसका एरिया विच बड़ा प्रभाव पैंदा है, तो असी इनू टाइम टू टाइम इनू रिव्यू करते रहेंगे, तो जे कोई ए लग्या सानू भी कोई एबसेंट है कुछ है वो खिलाफ़ डिपार्टमेंटल एक्शन भी लिया जाएगा।